ਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਸਾਰੇ ਓਲਡ ਪੈਨਸ਼ਨ ਸਕੀਮ ਦੇ ਸਿਸਟਮ ਨੂੰ ਅਤੇ ਨਿਊ ਪੈਨਸ਼ਨ ਸਿਸਟਮ ਜਿਹੜਾ ਹੈਗਾ 2004 ਤੋਂ ਲਾਗੂ ਹੈ ਇਹਨੂੰ ਰਿਵਿਊ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਅਤੇ ਮੈਂ ਅੱਜ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਇਹ ਖੁਸ਼ਖਬਰੀ ਦੇ ਰਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੀਵਾਲੀ ਦੇ ਤੋਹਫੇ ਦੇ ਤੌਰ 'ਤੇ ਅਸੀਂ ਪੰਜਾਬ ਦੇ ਵਿੱਚ ਓਲਡ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ। ਇਹਦਾ ਸਿਧਾਂਤਕ ਤੌਰ 'ਤੇ ਅੱਜ ਕੈਬਨਿਟ ਦੇ ਵਿੱਚ ਫੈਸਲਾ ਹੋ ਗਿਆ। ਬਾਕੀ ਜਿਹੜੇ ਵੇਰਵੇ ਨੇ ਉਹ ਸਾਰੇ ਬਾਅਦ ਦੇ ਵਿੱਚ ਤੁਹਾਨੂੰ ਦੱਸ ਦਿੱਤੇ ਜਾਣਗੇ। ਇਹਦੇ ਨਾਲ ਲੱਖਾਂ ਮੁਲਾਜ਼ਮਾਂ ਨੂੰ ਫਾਇਦਾ ਹੋਊਗਾ ਜਿਨ੍ਹਾਂ ਨੇ ਕੰਮ ਕੀਤਾ, ਰਿਟਾਇਰ ਹੋਏ, ਪਰ ਉਹ ਤੋਂ ਬਾਅਦ ਵੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਉਹਨਾਂ ਦੇ ਕੰਮ 'ਚੋਂ ਜਿਹੜੀ ਪੈਨਸ਼ਨ ਮਿਲਣੀ ਸੀ ਉਹ ਮਿਲੂਗੀ ਜਾਂ ਨਹੀਂ ਮਿਲੂਗੀ, ਜੋ ਕਿ 2004 ਦੇ ਵਿੱਚ ਨਿਊ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਸੀ। ਤੋ ਅਸੀਂ ਪੰਜਾਬ ਨੂੰ, ਸਾਡੇ ਸੂਬੇ ਨੂੰ ਅਸੀਂ ਹੁਣ ਓਲਡ ਪੈਨਸ਼ਨ ਸਕੀਮ ਦੇ ਅੰਡਰ ਲੈ ਕੇ ਆ ਰਹੇ ਹਾਂ। ਮੈਂ ਸਾਰੇ ਮੁਲਾਜ਼ਮਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਨਾਲ ਨਾਲ ਜਿਹੜੀ ਉਹਨਾਂ ਦੀ ਇਹ ਮੰਗ ਓਲਡ ਪੈਨਸ਼ਨ ਸਕੀਮ ਵਾਲੀ ਹੈ ਅਸੀਂ ਲਾਗੂ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਇਹੀ ਕਿਹਾ ਹੋਇਆ, ਜੋ ਕਹਿਣਾ ਉਹ ਕਰਨਾ, ਜੋ ਨਹੀਂ ਕਰ ਸਕਦੇ ਉਹ ਕਹਿਣਾ ਨਹੀਂ। ਅਤੇ ਇੱਕ ਮੁਲਾਜ਼ਮਾਂ ਦੀ ਹੋਰ ਵੱਡੀ ਮੰਗ, ਉਹ ਵੀ ਅੱਜ ਲਾਗੂ ਕਰ ਦਿੱਤੀ ਗਈ ਹੈ। 6% DA ਜਿਹੜਾ ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਲਾਗੂ ਕਰ ਦਿੱਤਾ ਜਾਊਗਾ। 6% DA ਜਿਹੜਾ ਭੱਤਾ ਉਹ ਉਹਨਾਂ ਦਾ ਜਾਰੀ ਕਰ ਦਿੱਤਾ ਜਾਊਗਾ। ਅੱਜ ਕੈਬਨਿਟ ਦੇ ਵਿੱਚ ਇਹ ਫੈਸਲਾ ਹੋ ਗਿਆ। ਸੋ ਦੀਵਾਲੀ ਦੇ 2-2 ਤੋਹਫੇ ਮੁਲਾਜ਼ਮਾਂ ਨੂੰ ਨੇ, ਔਰ ਮੈਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਵੀ ਮਹਿਕਮੇ ਦੇ ਵਿੱਚ ਇਹ ਮੁਲਾਜ਼ਮ ਕੰਮ ਕਰਦੇ ਨੇ ਜਿਨ੍ਹਾਂ ਨੂੰ ਡਾਇਰੈਕਟ ਇਨਡਾਇਰੈਕਟ ਫਾਇਦਾ ਹੋਣਾ, ਉਹ ਪੰਜਾਬ ਦੀ ਤਰੱਕੀ ਲਈ ਇਮਾਨਦਾਰੀ ਨਾਲ, ਦਿਆਨਤਦਾਰੀ ਨਾਲ ਅਤੇ ਸੱਚੇ ਮਨ ਨਾਲ ਸੇਵਾ ਕਰਦੇ ਰਹਿਣਗੇ। ਅਤੇ ਅਸੀਂ ਜੋ ਵਾਅਦੇ ਕਰ ਰਹੇ ਹਾਂ ਉਹ ਨਿਭਾ ਰਹੇ ਹਾਂ, ਅਸੀਂ ਜੋ ਕਹਿ ਰਹੇ ਹਾਂ ਉਹ ਕਰ ਰਹੇ ਹਾਂ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਮੈਂ ਦੁਆ ਕਰਦਾ, ਅਰਦਾਸ ਕਰਦਾ ਕਿ ਦੀਵਾਲੀ ਦਾ ਇੱਕ ਇੱਕ ਦੀਵਾ ਹਰ ਘਰ ਦੇ ਵਿੱਚ ਤੰਦਰੁਸਤੀ ਅਤੇ ਤਰੱਕੀ ਦਾ ਚਾਨਣ ਕਰੇ। ਬਹੁਤ ਬਹੁਤ ਮਿਹਰਬਾਨੀ। ਇਨਕਲਾਬ ਏਕ ਦੇਸ਼ ਏਕ ਚੁਣਾਵ ਕੀ ਹਮ ਚਰਚਾ ਕਰਤੇ, ਤੋ ਏਕ ਦੇਸ਼ ਏਕ ਪੈਨਸ਼ਨ ਵਿਵਸਥਾ ਕੀ ਚਰਚਾ ਕਿਉਂ ਨਹੀਂ ਹੋ, ਉਸਕੋ ਮਾਨਤਾ ਕਿਉਂ ਨਹੀਂ ਦੇ। ਜੋ ਪੈਨਸ਼ਨ ਸਾਂਸਦ ਔਰ ਵਿਧਾਇਕੋਂ ਕੋ ਮਿਲਤੀ ਹੈ, ਜਿਸ ਢੰਗ ਕੀ ਪੈਨਸ਼ਨ, ਮੈਂ ਉਸਕੇ ਵਾਲਿਊਮ ਕੀ ਬਾਤ ਨਹੀਂ ਕਰ ਰਹਾ, ਜਿਸ ਢੰਗ ਕੀ, ਜਿਸ ਵਿਵਸਥਾ ਕੇ ਤਹਿਤ ਪੈਨਸ਼ਨ ਸਾਂਸਦ ਔਰ ਵਿਧਾਇਕੋਂ ਕੋ ਮਿਲਤੀ ਹੈ, ਉਸੀ ਵਿਵਸਥਾ ਕੇ ਤਹਿਤ ਪੈਨਸ਼ਨ ਸਰਕਾਰੀ ਕਰਮਚਾਰੀ ਕੋ ਕਿਉਂ ਨਹੀਂ ਮਿਲੇ। ਖਾਸ ਤੌਰ ਪਰ ਜਬ ਪੈਨਸ਼ਨ ਕਾ ਮਸਲਾ ਹੋ, ਜਿਸ ਕੋ ਹਮਾਰੇ ਭਾਰਤ ਮੇਂ ਬੁਢਾਪੇ ਕੀ ਲਾਠੀ ਕਹਾ ਜਾਤਾ ਹੈ। ਪੈਨਸ਼ਨ ਯੋਜਨਾ ਵਹੀ ਅੱਛੀ ਵਹੀ ਸਵੀਕਾਰ ਹੋਗੀ, ਜਿਸ ਕੋ ਕਰਮਚਾਰੀ ਆਪਣੇ ਬੁਢਾਪੇ ਕੀ ਲਾਠੀ ਸਮਝੇਗਾ। 5 ਰਾਜਿਓ ਮੇਂ ਵਿਧਾਨ ਸਭਾ ਕੇ ਚੁਣਾਵ ਹੈ, ਅਬ ਉਨ ਸਭ ਕੋ ਦੇਖਤੇ ਹੋਏ ਅਗਰ ਇਹ ਯੋਜਨਾ ਜ਼ਮੀਨ ਪਰ ਕਰਮਚਾਰੀਓ ਕੋ ਬਾਂਧ ਨਹੀਂ ਪਾਈ, ਉਨਕੇ ਮਨ ਮੇਂ ਆਪਣਾ ਸਥਾਨ ਨਹੀਂ ਬਣਾ ਪਾਈ, ਤੋ ਇਸਕੋ ਲਾਨੇ ਕਾ ਸਾਰਾ ਪ੍ਰਯੋਜਨ ਹੀ ਵਿਫਲ ਹੋ ਜਾਏਗਾ ਕੇਂਦਰ ਸਰਕਾਰ ਕਾ। ਔਰ ਅਭੀ ਤੱਕ ਕੇ ਜੋ ਸੰਕੇਤਕ ਹੈ ਵੋ ਬਤਾ ਰਹੇ ਹੈ, ਸਰਕਾਰੀ ਕਰਮਚਾਰੀ ਇਸ ਯੋਜਨਾ ਸੇ ਕਤਈ ਸੰਤੁਸ਼ਟ ਨਹੀਂ। ਔਰ ਸਰਕਾਰ ਕਾ ਮੰਤਵ ਇਹ ਕਿ ਇਹ NPS ਸੇ ਬਿਹਤਰ ਯੋਜਨਾ ਹੈ ਔਰ OPS ਕਾ ਵਿਕਲਪ ਹੈ। ਯਾਨੀ ਅਭੀ ਤੱਕ ਜੋ ਨਈ ਪੈਨਸ਼ਨ ਯੋਜਨਾ ਚੱਲ ਰਹੀ ਥੀ NPS, ਉਸਸੇ ਸਰਕਾਰੀ ਕਰਮਚਾਰੀ ਨਾਰਾਜ਼ ਥੇ, ਸੰਤੁਸ਼ਟ ਨਹੀਂ ਥੇ। ਵੋ ਮੰਗ ਕਰ ਰਹੇ ਥੇ ਪੁਰਾਣੀ ਪੈਨਸ਼ਨ ਯੋਜਨਾ ਕੀ, ਓਲਡ ਪੈਨਸ਼ਨ ਸਕੀਮ ਕੀ। ਔਰ ਸਰਕਾਰ ਬੀਚ ਮੇਂ ਲੈ ਆਈ OPS ਔਰ NPS ਕੇ ਬੀਚ ਮੇਂ ਲੈ ਆਈ UPS, ਏਕੀਕ੍ਰਿਤ ਪੈਨਸ਼ਨ ਯੋਜਨਾ, ਯੂਨੀਫਾਈਡ ਪੈਨਸ਼ਨ ਸਕੀਮ। ਅਬ ਕੇਂਦਰ ਸਰਕਾਰ ਕੋ ਜੈਸੀ ਉਮੀਦ ਥੀ, ਉਸ ਢੰਗ ਕਾ ਇਸ ਯੋਜਨਾ ਕੋ ਲੈ ਕਰ ਇਕੋ ਦੇਸ਼ ਮੇਂ ਸਰਕਾਰੀ ਕਰਮਚਾਰੀਓ ਕੇ ਸਤਰ ਸੇ ਨਹੀਂ ਆਇਆ। ਸਰਕਾਰੀ ਕਰਮਚਾਰੀਓ ਨੇ ਇਸ ਨਈ ਯੋਜਨਾ ਕੋ ਕਾ ਨਾ ਤੋ ਸਵਾਗਤ ਕੀਆ ਮੋਟੇ ਤੌਰ ਪਰ, ਔਰ ਨਾ ਇਸ ਸੇ ਸੰਤੁਸ਼ਟੀ ਜਤਾਈ। ਲੇਕਿਨ ਫਿਰ ਵੀ ਅਬ ਯੋਜਨਾ ਆ ਗਈ ਤੋ ਸਵਾਭਾਵਿਕ ਹੈ, ਜੋ NDA ਸ਼ਾਸਿਤ ਰਾਜ ਹੈ ਵਹਾਂ ਇਸਕੋ ਲਾਗੂ ਹੋਣਾ ਹੈ। ਤੋ ਸਭ ਸੇ ਪਹਿਲਾ ਕਦਮ ਰਵਿਵਾਰ ਕੋ ਹੀ, ਯਾਨੀ ਠੀਕ ਇੱਕ ਕੇਂਦਰ ਸਰਕਾਰ ਕੇ ਠੀਕ ਇੱਕ ਦਿਨ ਬਾਅਦ ਉਠਾ ਲਿਆ ਮਹਾਰਾਸ਼ਟਰ ਸਰਕਾਰ ਨੇ, ਔਰ ਮਹਾਰਾਸ਼ਟਰ ਸਰਕਾਰ ਕੀ ਕੈਬਨਿਟ ਨੇ ਇਸ ਯੋਜਨਾ ਕੋ ਸਵੀਕਾਰ ਕਰ ਲਿਆ ਔਰ ਕਹਾ ਹਮ ਆਪਣੇ ਰਾਜ ਮੇਂ ਲਾਗੂ ਕਰੇਂਗੇ ਇਹ UPS।
रविवार को ही उत्तर प्रदेश सरकार में इस योजना पर मंथन हुआ, चिंतन हुआ और फैसला किया गया कि इसको लागू किया जाना है। अब उसके लिए औपचारिक तौर पर कैबिनेट की बैठक होगी और उसमें इस योजना को अंगीकृत कर लिया जाएगा, स्वीकार कर लिया जाएगा। उत्तर प्रदेश और उत्तराखंड दोनों राज्यों में माना जा रहा है कि एक पखवाड़े के भीतर यूपीएस लागू हो जाएगी। अब अगर आप देश भर के स्तर पर इस योजना को लेकर सरकारी कर्मचारियों में क्या प्रतिक्रिया है इसका आकलन करेंगे तो आप समझ जाएंगे कि ये योजना कम से कम सरकार के उस राजनीतिक लक्ष्य की पूर्ति तो नहीं कर रही जिसके कारण सरकार इस योजना को लेकर आई। ओपीएस की मांग इस योजना के आने के बाद भी कहीं से कहीं तक शिथिल नहीं हुई है। कर्मचारी ये कह रहे हैं कि एनपीएस से यूपीएस तो आई, यूपीएस तक तो आई सरकार, अब आने वाले दिनों में ओपीएस तक भी जाएगी अगर हमारी लड़ाई जारी रही, हमारा संघर्ष जारी रहा। 2027 में उत्तर प्रदेश का चुनाव है, तभी उत्तराखंड का भी चुनाव है और अभी हाल में हरियाणा का चुनाव है, जम्मू कश्मीर का चुनाव है, फिर झारखंड है, महाराष्ट्र है, 5 राज्यों में विधानसभा के चुनाव हैं। अब उन सबको देखते हुए अगर ये योजना जमीन पर कर्मचारियों को बांध नहीं पाई, उनके मन में अपना स्थान नहीं बना पाई, तो इसको लाने का सारा प्रयोजन ही विफल हो जाएगा केंद्र सरकार का। और अभी तक के जो संकेतक हैं वो बता रहे हैं सरकारी कर्मचारी इस योजना से कतई संतुष्ट नहीं। जितने भी सरकारी कर्मचारियों के संगठन हैं जो पेंशन की ओपीएस की लड़ाई लड़ रहे थे, उन सब ने अपनी अपनी प्रतिक्रिया में इस पेंशन योजना को नकारा है और अधिकांश कर्मचारी संगठनों का कहना है कि ये नई पेंशन योजना दरअसल एनपीएस में ही थोड़ा बहुत कॉस्मेटिक चेंजेस करके लाई गई है। सरकार के अपने तर्क हैं, कर्मचारियों के अपने तर्क हैं और बीच में फंसी है ये यूपीएस नई योजना पेंशन की। कुछ बुनियादी सवाल जरूर खड़े होते हैं। एक देश एक चुनाव की हम चर्चा करते हैं तो एक देश एक पेंशन व्यवस्था की चर्चा क्यों नहीं हो, उसको मान्यता क्यों नहीं दे। मैं कहता हूं कि जो पेंशन सांसद और विधायकों को मिलती है, जिस ढंग की पेंशन, मैं उसके वॉल्यूम की बात नहीं कर रहा, जिस ढंग की, जिस व्यवस्था के तहत पेंशन सांसद और विधायकों को मिलती है, उसी व्यवस्था के तहत पेंशन सरकारी कर्मचारी को क्यों नहीं मिले। या उल्टा कर लीजिए, जिस व्यवस्था के तहत सरकारी कर्मचारी को, ओल्ड पेंशन स्कीम को लेकर कितना बवाल खड़ा किया था, लेकिन देश ने जब इनका झूठा गपबाजी गुमराह करने के तरीके पकड़ लिए तो अब ये ओपीएस का नाम लेना भी बंद कर दिए हैं। वहीं दूसरी तरफ भाजपा है, कर्मचारियों की हितैषी भाजपा सरकार नई पेंशन स्कीम लेकर आई, इसमें कर्मचारियों के लिए निश्चित पेंशन की गारंटी है। इस नई पेंशन स्कीम का देश भर के कर्मचारियों में व्यापक स्वागत हुआ है, सरकारी कर्मचारियों ने इसे उस पर बहुत खुशी जताई है।